ਤੇ ਨਵੀਂ ਜਗ੍ਹਾ ਤੇ ਰੁਕੇ ਆ ਅਸੀਂ ਇੱਕ ਉੱਤੇ ਕੋ ਡਰ ਜਿਹਾ ਲੱਗਦਾ ਪਿਆ ਥੋੜਾ ਜਿਹਾ। ਸਤਿ ਸ਼੍ਰੀ ਅਕਾਲ ਜੀ, ਦੇਖੋ ਮੌਸਮ ਕਿੰਨਾ ਵਧੀਆ ਤੇ ਆ ਗਏ ਆ ਇੱਕ ਨਵੀਂ ਵੀਡੀਓ ਲੈ ਕੇ ਸਾਡੇ ਨਾਲ। ਅੱਜ ਅਸੀਂ ਆਹ ਇੱਕ ਨਵੀਂ ਲੋਕੇਸ਼ਨ ਤੇ ਰੁਕੇ ਆ, ਸਾਨੂੰ ਇਹ ਢਾਬੇ ਅੰਦਰ ਜਾਵਾਂਗੇ। ਹਾਂਜੀ ਹਾਂਜੀ, ਆਹ ਪਰੌਂਠੇ ਹੀ ਪਰੌਂਠੇ, ਤੇ ਜਿਹੜਾ ਪਰੌਂਠਿਆਂ ਨੂੰ ਸਪੋਂਸਰ ਕਰ ਰਿਹਾ ਉਹ ਬੰਦਾ ਹਲੇ ਅੰਦਰ ਹੀ ਬੈਠਾ, ਜਲਦੀ ਬਾਹਰ ਆਊਗਾ। ਔਰ ਦੇਖੋ ਆ ਗਿਆ ਇਹ ਬੰਦਾ, ਸਾਨੂੰ ਪਰੌਂਠੇ ਖਵਾਊਗਾ ਅੱਜ। ਉਹ ਪਰੌਂਠੇ ਖਵਾਉਣ ਲਈ ਜਾ ਰਿਹਾ ਅੱਗੇ। ਭਾਈ ਇੱਧਰ ਸਾਰੇ ਬੈਠਣ ਵਾਲੇ ਬਣੇ ਆ, ਰਾਮ ਭਗਵਾਨ ਨੇ ਯਹੀ ਪੇ ਬਨਵਾਸ ਕੀਤਾ। ਅੱਛਾ ਇੱਧਰ ਅਲੱਗ ਅਲੱਗ ਬਣੇ ਇੱਦਾਂ। ਮੇਰਾ ਪਿੰਡ, ਮੇਰਾ ਸ਼ਹਿਰ, ਮੇਰੀ ਜਾਨ। ਵਾਹ ਯਾਰ, ਇਹ ਤਾਂ ਇਹਨਾਂ ਦੇ ਕਾਨਿਆਂ ਦੇ ਬਣਾਏ। ਆਪਣਾ ਪੰਜਾਬੀ ਵਧੀਆ ਡੈਕੋਰੇਸ਼ਨ। ਫੂਡ, ਫਰੈਸ਼ ਫੂਡ ਫੋਰ ਹੋਮ। ਬਾਰਿਸ਼ ਚਾਲੂ ਹੋ ਗਈ ਆ, ਚਲੋ ਬੈਠੋ। ਪਰੌਠੇ 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 ਯਾਰ, ਆ ਬੱਲਬ ਖਰਾਬ ਲੱਗਦਾ ਮੈਨੂੰ। ਥੀਮ ਤਾਂ ਵਧੀਆ ਬਣਾਈ ਆ ਹੋਟਲ ਦੀ ਨਾ। ਇੱਥੇ ਥੋੜਾ ਅਗਰ ਆਪਾਂ ਮੀਂਹ ਨਾ ਪੈਂਦਾ। ਰੇਨ ਡਾਂਸ, ਰੇਨ ਡਾਂਸ, ਰੇਨ ਡਾਂਸ। ਕਾਨੇ ਦਾ ਬਣਿਆ ਕ੍ਰਿਸਪੀ ਓਨੀਅਨ ਪਰੌਠਾ। ਕਿਦਾਂ ਓਨੀਅਨ ਪਰੌਠਾ? ਇਹ ਪਰੌਠਾ ਨਹੀਂ ਹੈ ਭਾਈ ਸਾਹਿਬ, ਇਸਕੋ ਖਾਓਗੇ ਤੋ ਬਾਰ ਬਾਰ ਜਾਓਗੇ। ਮੌਸਮ ਬੜਾ ਘੈਂਟ ਆ ਭਾਜੀ, ਇਹ ਬਾਰਿਸ਼ ਨਹੀਂ, ਬੜੀ ਖੰਗ ਹੋਈ ਆ। ਅੱਛਾ ਇੱਧਰ ਵੀ ਇੱਕ ਬਣਿਆ ਹੋਇਆ ਜੀ। ਓਕੇ ਵਧੀਆ ਬਣਾਇਆ, ਬਹੁਤ ਅੱਛੀ ਥੀਮ ਬਣਾਈ ਆ। ਹੈ ਰਿੱਕੀ, ਵਿਕਾਸ ਹੁਣ ਘੱਟ ਖਰਚੇ ਦੇ ਵਿੱਚ ਦੇਖ ਲਾ, ਮਤਲਬ ਚਲੋ ਇੱਕ ਵਾਰੀ ਪੈਸੇ ਲੱਗੇ, ਪਰ ਇਹ ਲੈਂਟਰ ਦੇ ਨਾਲ ਦੇਖ ਇਹਨੂੰ ਆਹ ਟਰਪਾਲ ਪਾ ਕੇ ਇੱਕ ਅਲੱਗ ਥੀਮ ਬਣਾ ਦਿੱਤੀ ਇਹਨਾਂ ਨੇ। ਚਲੋ ਬੈਠਨੇ ਯਾਰ, ਮੈਂ ਛੱਡ ਕੇ ਆਇਆ ਘਰੇ, ਮੈਨੂੰ ਛੱਡ ਕੇ ਫਿਰ ਆ ਕੇ ਆਪ ਕੰਮ ਤੇ ਗਿਆ। ਸਾੜੀਆਂ
पटका चेंज करो, पटका दूजा बनया करो। मतलब जिन्ना बंदा बच्चा जिहड़ा जिन्ना राजस्थान पैदा होया ओनू गर्म तसीर खून च ही मिलदी आ, इहड़ी तसीर ठंडी आ साड़ी। नहीं यार आ देख कितने गर्म है यार, इन गर्म चीज पचती नहीं आ रही, खत्म माड़ी दिल इन होना नहीं चाहिए। हालांकि अपने हो जाने तो कह सकते थे पेती पेत होगी राजस्थान जाके। अच्छा थलो नहीं गए रामे पुत कशा गिला होने रामे कशा कशारा साले कोई मेरा नाम नहीं एक्टर ना पर पाली देनी पड़ी मेनू लाड लाया जीजे का कुछ ना कह नू जरा चिट्टा ना काला और जीजे आए राम मिला हो गया ही आज मैं बोली जीजो जीजो मिला होगा जे आज फिर आ गई है वैसे भी कम होना नहीं, बारिश ज्यादा पै जानी है, चो जाना सारा उपरों फैक्ट्री सारा टुट जाना। कल लैंटर चोया सी पूरा वीर जी इधर बिजी ने बिजी की खेल फोटो खिंचाई जा रही, लोकेशन बहुत वधिया, इधर चार पांच कमरे बने आ। अच्छा अगे जाके दरखत के बिच ही साइकिल आ जाऊगा ना, उहदे नाल इक बन जाऊगी ना। ठीक है पंजाब च इक वक्री तरह का यह है जी नकोदर रोड के उत्ते, जे कोई इत्थे विजिट करना चाहे तो कर सकदा। खाना बहुत स्वाद सगा इन्हों का। और साढ़े नाल साढ़े भरा देखो कि इतने खड़ा तू वीडियो बनानी है।